पहले मैं इस शाम को बनाऊंगा दुखी सहने से पहले Thank you.
Oh,
ਕਰਨਾ ਤੇ ਸ਼ੁੱਧ ਦੇ ਤੇ ਹੱਕ ਆਈ ਸ਼ੁੱਧ ਦੇ ਤੇ ਹੱਕ ਆਈ ਕਲੀਸਾ ਨੂੰ ਕਿਦਾਂ ਮਰੀ ਕਿ ਆਤਮਾ ਦੇ ਹੱਕ 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 ਆਈ ਹੱਕ ਆਪ ਰਿਲੀਜ਼ ਕਰਦਾ ਹੋਲੀ ਗੋਸ ਫਾਇਰ 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 Thank you.
ਘਰਾਂ ਨੂੰ ਛੱਡ ਦੇ, ਇਹਨਾਂ ਦੇ ਬੱਚਿਆਂ ਨੂੰ ਛੱਡ ਦੇ, ਇਹਨਾਂ ਦੇ ਬਿਜ਼ਨਸ ਨੂੰ ਛੱਡ ਯਿਸੂ ਦੇ ਨਾਮ ਵਿੱਚ। ਸਿੱਧੇ ਜਾ ਪ੍ਰਭੂ ਯਿਸੂ ਦੇ ਸਾਬਤ ਦੀ ਤਾਂ ਦੇ, ਹਰ ਇੱਕ ਨਸ਼ੇ ਦੀ ਆਤਮਾ ਛੱਡ ਦੇ, ਹਰ ਇੱਕ ਜੂਏ ਦੀ ਆਤਮਾ ਜਾਏ, ਬਿਮਾਰੀ ਦੀ ਆਤਮਾ ਜਾਓ, ਬਿਮਾਰੀ ਵਾਲੇ ਲੋਕ ਪ੍ਰੇਮ ਕਰੋ, ਬਿਮਾਰੀ ਪ੍ਰਭੂ ਮੇਰੇ ਜੀਵਨ ਦਾ ਹਿੱਸਾ ਨਹੀਂ ਆ,
ਮੈਂ ਬਾਈਬਲ ਪੜ੍ਹਾਂਗੀ, ਮੈਂ ਪ੍ਰੇਅਰ ਕਰਾਂਗੀ, ਉੱਠਣ ਤੋਂ ਪਹਿਲਾਂ ਬਾਈਬਲ ਪੜ੍ਹਾਂਗੀ, ਉੱਠਣ ਤੋਂ ਪਹਿਲੇ ਪ੍ਰਾਰਥਨਾ ਕਰਾਂਗੀ, ਮੈਂ ਟੀਵੀ ਨੂੰ ਨਹੀਂ ਦੇਖਾਂਗੀ, ਮੈਂ ਮੋਬਾਈਲ ਨੂੰ ਜ਼ਿਆਦਾ ਸਮਾਂ ਨਹੀਂ ਦੇਵਾਂਗੀ, ਮੈਂ ਸਿਰਫ ਆਪਣੇ ਪਰਮੇਸ਼ੁਰ ਦੇ ਨਾਲ ਸੁਪਰ ਡੁਪਰ ਪਲੈਨਿੰਗ ਰਿਲੀਜ਼ ਹੋ ਰਹੀ। ਪ੍ਰਭੂ ਜੀ ਕਹਿ ਰਹੇ, ਪ੍ਰਭੂ ਕਹਿ ਰਹੇ ਕਿ ਸੁਪਰ ਡੁਪਰ ਪਲੈਨਿੰਗ ਰਿਲੀਜ਼ ਹੋ ਰਹੀ ਹੈ। ਦੀਵਾਨਾ ਖਾਂਦਾ ਨਹੀਂ ਸਾਰਾ ਬਸ ਸੁਣੇ, ਦੀਵਾਨਾ ਬਸ ਸਾਰਾ ਬਲਾ ਖਾਂਦੇ ਨੇ ਵੀ ਗੱਲਾਂ ਬਸਾਰਾ ਬਲਾ ਸ਼ਿਫਾ ਸ਼ਿਫਾ। ਬਿਮਾਰੀ ਵਾਲੇ ਪ੍ਰਭੂ ਜੀ ਕਹਿ ਰਹੇ ਕਿ ਉਹਨਾਂ ਨੂੰ ਬੋਲੋ ਕਿ ਤੁਸੀਂ ਅੱਜ ਧੋਈ ਪਵਿੱਤਰ ਬਚਨਾਂ ਦੀ ਅਧਿਆਤਾਂ ਨੂੰ ਚੱਲਣਾ ਸ਼ੁਰੂ ਕਰੋ। ਪ੍ਰਭੂ ਜੀ ਕਹਿ ਰਹੇ ਕਿ ਮੈਂ ਤੁਹਾਨੂੰ ਗੁੱਟਣਿਆਂ ਦੇ ਲੈ ਕੇ ਤੁਹਾਡਾ ਕਨਫੈਸ ਦੇਖਿਆ, ਹੈਪੀ ਨਿਊ ਈਅਰ। ਪਰ ਪ੍ਰਭੂ ਕਹਿ ਰਹੇ ਕਿ ਜਿਹਨਾਂ ਨੇ ਕਨਫੈਸ ਕੀਤਾ ਉਹਨਾਂ ਨੇ ਅਜੇ ਵੀ ਪ੍ਰੇਅਰ ਸ਼ੁਰੂ ਨਹੀਂ ਕੀਤੀ। ਪ੍ਰਭੂ ਕਹਿ ਰਹੇ ਕਿ ਕਨਫੈਸ ਤੋਂ ਪਹਿਲੇ ਪ੍ਰੇਅਰ, ਕਨਫੈਸ ਹੋ ਗਿਆ ਪ੍ਰੇਅਰ ਸ਼ੁਰੂ ਕਰੋ, ਬਾਈਬਲ ਪੜ੍ਹਨੀ ਸ਼ੁਰੂ ਕਰੋ। ਜਿਹਨਾਂ ਨੂੰ ਬਾਈਬਲ ਨਹੀਂ ਆਉਂਦੀ ਪ੍ਰਭੂ ਜੀ ਕਹਿ ਰਹੇ ਕਿ ਆਪਣੇ ਘਰ ਵਿੱਚ ਕਿਸੇ ਨੂੰ ਕੋਈ ਪੜ੍ਹੇ ਸੁਣੋ, ਉਹਦੇ ਪਿੱਛੇ ਬੋਲੋ। ਪ੍ਰਭੂ ਜੀ ਕਹਿ ਰਹੇ ਕਿ ਹਰ ਇੱਕ ਤੁਹਾਡਾ ਸੁਪਨਾ ਸਵੀਕਾਰ ਹੋਏਗਾ ਜੇ ਤੁਸੀਂ ਧਿਆਨ ਦੇ ਕੇ ਪਰਮੇਸ਼ੁਰ ਦੀ ਆਵਾਜ਼ ਨੂੰ ਸੁਣੋ ਜਿਹਨੇ ਲੋਕ ਸੁਣਦੇ ਆ। ਪ੍ਰਭੂ ਕਹਿ ਰਹੇ ਕਿ ਹਰ ਇੱਕ ਸੁਪਨਾ, ਹਰ ਇੱਕ ਡ੍ਰੀਮ, ਹਰ ਇੱਕ ਪਲੈਨਿੰਗ ਰਿਲੀਜ਼ ਹੋ ਰਹੀ ਜੇ ਤੁਸੀਂ ਧਿਆਨ ਦੇ ਕੇ ਬਾਈਬਲ ਨੂੰ ਔਰ ਪ੍ਰਭੂ ਦੇ ਦਾਸ ਦੀ ਆਵਾਜ਼ ਨੂੰ ਸੁਣੋਗੇ। ਪ੍ਰਭੂ ਕਹਿ ਰਹੇ ਕਿ ਜਿਹੜੇ ਅੱਛੇ ਈਸ਼ਵਰੀ ਰਿਸ਼ਤੇ ਚਾਹੁੰਦੇ ਆ, ਜਿਹੜੇ ਅਨਮੈਰਿਡ ਨੇ, ਆਪਣੇ ਹੱਥ ਖੜੇ ਕਰੋ ਮੰਡਲੀ ਦੇ ਵਿੱਚ। ਉਹ ਬ੍ਰਦਰ ਦੇਖ ਰਿਹਾ, ਪ੍ਰਭੂ ਜੀ ਕਹਿ ਰਹੇ ਕਿ ਨਸ਼ੇ ਦੀ ਲਪੇਟ ਦੇ ਵਿੱਚ ਆ। ਪਵਿੱਤਰ ਆਤਮਾ ਕਹਿ ਰਿਹਾ ਕਿ ਤੁਸੀਂ ਆਪਣੇ ਹੱਥ ਖੜੇ ਕਰਕੇ ਜੀਸਸ ਦੇ ਨਾਲ ਵਾਚਾ ਕਰੋ। ਬ੍ਰਦਰ ਅਕਸ਼ੇ ਔਰ ਇੱਕ ਬ੍ਰਦਰ ਗੱਲ ਵਾਲੀ ਨੇ, ਪ੍ਰਭੂ ਜੀ ਕਹਿ ਰਹੇ ਕਿ ਮੇਰੇ ਨਾਲ ਵਾਚਾ ਕਰ, ਮੇਰੇ ਨਾਲ ਵਾਚਾ ਕਰਕੇ ਪ੍ਰਭੂ ਮੈਂ ਦਿਨ ਵਿੱਚ ਤਿੰਨ ਟਾਈਮ ਪ੍ਰੇਅਰ ਕਰਾਂਗਾ। ਇਹਨਾਂ ਦੋਨਾਂ ਬੰਦਿਆਂ ਦੀ ਆਵਾਜ਼ ਆ ਰਹੀ ਆ। ਪ੍ਰਭੂ ਕਹਿ ਰਹੇ ਕਿ ਤੁਹਾਡੀ ਬਿਮਾਰੀ ਕੁਛ ਹੀ ਹੋਵੇ, ਇਸੇ ਵਕਤ ਜੜ ਤੋਂ ਉਖੜੇਗੀ ਜੇ ਤੁਸੀਂ ਮੇਰੇ ਨਾਲ ਵਾਚਾ ਕਰੋਗੇ। ਪਵਿੱਤਰ ਆਤਮਾ ਕਹਿ ਰਹੇ ਵਾਚਾ ਕਰ ਮੇਰੇ ਨਾਲ, ਬੋਲ ਪਿਤਾ ਮੈਂ ਤਿੰਨ ਟਾਈਮ ਪ੍ਰੇਅਰ ਕਰਾਂਗਾ, ਮੈਂ ਬਾਈਬਲ ਪੜ੍ਹਾਂਗਾ, ਮੈਂ ਦੂਸਰਿਆਂ ਦੇ ਮਗਰ ਨਹੀਂ ਲੱਗਾਂਗਾ, ਜੋ ਕੋਈ ਮੈਨੂੰ ਬੋਲੇਗਾ ਮੈਂ ਜੀਸਸ ਨੂੰ ਮੰਨਣਾ ਨਹੀਂ ਛੱਡਾਂਗਾ, ਮੈਂ ਕਿਸੇ ਵੀ ਦੁਸ਼ਟ ਦੀ ਜਗ੍ਹਾ ਤੇ ਨਹੀਂ ਜਾਵਾਂਗਾ, ਨਾ ਮੈਂ ਮੱਥਾ ਟੇਕਾਂ, ਨਾ ਮੈਂ ਸਿਰ ਝੁਕਾਵਾਂਗਾ। ਕਰ ਵਾਚਾ ਪ੍ਰਭੂ ਜੀ ਮੈਨੂੰ ਦੱਸ ਰਹੇ। ਪ੍ਰਭੂ ਕਹਿ ਰਹੇ ਕਿ ਮੇਰਾ ਦਾਸ ਵੀ ਮੈਂ ਤੇਰੇ ਨਾਲ ਗੱਲ ਕਰ ਰਿਹਾ, ਤੂੰ ਜਿੰਨੀਆਂ ਮਰਜ਼ੀ ਮੰਡਲੀਆਂ ਪ੍ਰਭੂ ਕਹਿ ਰਹੇ ਕਿ ਚੈੱਕ ਕਰ, ਜਦ ਤੱਕ ਬਾਈਬਲ ਨੂੰ ਪਕੜ ਕੇ ਗੁੱਟਣਿਆਂ ਦੇ ਨਹੀਂ ਆਏਗਾ, ਆਪਣੀ ਆਈਸ ਨੂੰ ਬੰਦ ਨਹੀਂ ਕਰੇਗਾ, ਦੂਸਰੇ ਵੱਲ ਦੇਖਣਾ ਬੰਦ ਨਹੀਂ ਕਰੇਗਾ। ਪਵਿੱਤਰ ਆਤਮਾ ਕਹਿ ਰਿਹਾ ਕਿ ਤੂੰ ਪ੍ਰੋਬਲਮ ਦੇ ਵਿੱਚ ਰਹੇਗਾ। ਕੱਲ ਵਾਲੀ ਬ੍ਰਦਰ ਦੇ ਵਾਸਤੇ ਆ ਰਿਹਾ, ਪ੍ਰਭੂ ਜੀ ਕਹਿ ਰਿਹਾ ਕਿ ਮੈਂ ਨੰਗੀਆਂ ਆਤਮਾ ਤੇਰੇ ਨਾਲ ਦੇਖ ਰਿਹਾ, ਜਿਹੜੀਆਂ ਤੇਰੇ ਮਨ ਨੂੰ ਭਟਕਾਉਂਦੀਆਂ ਵਾ, ਕਿ ਮਰ ਜਾ, ਸੁਸਾਈਡ ਕਰ ਲਾ, ਤੇਰਾ ਜੀਣ ਦਾ ਕੀ ਫਾਇਦਾ। ਪ੍ਰਭੂ ਕਹਿ ਰਿਹਾ ਕਿ ਇਹ ਉਹ ਆਤਮਾ ਵਾ ਜਿਹੜੀ ਹਰ ਇੱਕ ਬੰਦੇ ਦੇ ਹੱਥ ਧੋ ਕੇ ਮਗਰ ਪਈ ਆ। ਪ੍ਰਭੂ ਕਹਿ ਰਿਹਾ ਕਿ ਜਿਹੜੀ ਗਿਰਾਵਟ ਤੋਂ ਚਾਹੁੰਦੇ ਬਚਣਾ, ਕਿ ਮੈਂ ਗਿਰ ਨਾ ਜਾਵਾਂ, ਕਿ ਮੈਂ ਦੂਸਰੀ ਇਸਤਰੀ ਜਾਂ ਇਸਤਰੀ ਦੂਸਰੇ ਦੇ ਮਰਦ ਦੇ ਚੱਕਰ ਚ ਨਹੀਂ ਆਉਣਾ ਚਾਹੁੰਦੀ। ਤੇ ਪ੍ਰਭੂ ਜੀ ਕਹਿ ਰਹੇ ਕਿ ਸੁਣੋ ਧਿਆਨ ਦੇ ਕੇ, ਬਚਨ ਸੰਹਿਤਾ 121:51 ਇਹ ਤਿੰਨ ਬਚਨ ਸੰਹਿਤਾ ਪ੍ਰਭੂ ਜੀ ਕਹਿ ਰਹੇ ਕਿ ਸ਼ੁਰੂ ਕਰੋ, ਇਸੇ ਨਿਰੋਗ ਜਿੰਨੇ ਲੋਕ ਸੁਣਦੇ ਆ। ਹਰ ਇੱਕ ਖਿਆਲ ਮੈਂ ਕਿਹਾ ਤੁਹਾਡੇ ਜੀਵਨ ਨੂੰ ਛੱਡ ਕੇ ਚਲਾ ਜਾਏ, ਤੁਹਾਡਾ ਜੀਵਨ ਸਾਥੀ ਜੇ ਕਿਸੇ ਇਸਤਰੀ ਦੇ ਚੱਕਰ ਚੋਂ ਸ਼ੋਰ 51:91 ਦੇ ਪੜੋ। ਪ੍ਰਭੂ ਜੀ ਕਹਿ ਰਹੇ ਕਿ ਮੁੜ ਰਿਹਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਪ੍ਰਭੂ ਜੀ ਕਹਿ ਰਹੇ ਕਿ ਮੁੜ ਰਿਹਾ ਮੁੜ ਰਿਹਾ ਮੁੜ ਰਿਹਾ ਉਹ ਵਾਪਸ ਆ ਰਿਹਾ। ਪ੍ਰਭੂ ਕਹਿ ਰਹੇ ਕਿ ਆਪਣੇ ਹਥਿਆਰ ਚੁੱਕੋ ਪਵਿੱਤਰ ਬਚਨ ਦੇ ਦੁਆਰਾ, ਬਾਈਬਲ ਨੂੰ ਪੜ੍ਹ ਕੇ ਪ੍ਰਭੂ ਜੀ ਕਹਿ ਰਹੇ ਕਿ ਹਰ ਇੱਕ ਫਾਈਟ ਜਾਰੀ ਕਰੋ। ਤੁਹਾਡੀ ਫਾਈਟ ਪ੍ਰਭੂ ਕਹਿ ਰਹੇ ਕਿ ਫਾਈਨਲ ਹੋ ਰਹੀ, ਜਿਹਨੇ ਲੋਕ ਸੁਣਦੇ ਆ ਤੁਹਾਡੀ ਫਾਈਟ ਫਾਈਨਲ ਹੈ, ਫਾਈਨਲ ਕਰੋ ਕਿ ਪਿਤਾ ਮੈਂ ਅੱਜ ਤੋਂ ਫਾਈਨਲ ਡਿਸੀਜਨ ਲੈਣਾ ਕਿ ਮੈਂ ਪ੍ਰੇਅਰ ਕਰਾਂਗਾ, ਮੈਂ ਫਾਸਟਿੰਗ ਕਰਾਂਗਾ, ਮੈਂ ਮਿਹਨਤ ਕਰਾਂਗਾ, ਮੈਂ ਚਰਚ ਨੂੰ ਚੈੱਕ ਨਹੀਂ ਕਰਾਂਗਾ, ਮੈਂ ਬਾਈਬਲ ਪਕੜ ਕੇ ਆਪਣੇ ਆਪ ਨੂੰ ਚੈੱਕ ਕਰਾਂਗਾ ਜਿਹਨੇ ਲੋਕ ਸੁਣਦੇ ਆ, ਨਾ ਕਿ ਜਿਹਨੇ ਲੋਕ ਸੁਣਦੇ ਆ। ਪ੍ਰਭੂ ਜੀ ਕਹਿ ਰਹੇ ਕਿ ਜਿਹਨਾਂ ਦੇ ਸਿਰ ਤੇ ਕਰਜ਼ਾ, ਬਚਨ ਸਾਹਿਬ ਦਾ 126 ਰੋਡ ਤੋਂ ਹੱਸਣਾ, ਬਾਈਬਲ ਚ ਲਿਖਿਆ ਕਿ ਰੋਡ ਤੋਂ ਹੱਸਣਾ ਜਦ ਪੜੋਗੇ ਪ੍ਰਭੂ ਉਸੇ ਨੇ ਜੋ ਤੁਹਾਨੂੰ ਮੁੜ ਕੇ ਲੈ ਕੇ ਆਏਗਾ, ਤੁਹਾਡੇ ਘਰ ਦੀਆਂ ਗੋਮੇ ਚੀਜ਼ਾਂ ਵਾਪਸ ਸਾਰੇ ਯਿਸੂ ਮਸੀਹ ਦੇ ਨਾਮ ਦੇ ਵਿੱਚ, ਹਰ ਇੱਕ ਹਥਿਆਰ ਨਾਸ਼ ਤੁਹਾਡੇ ਜੀਵਨ ਦੇ ਵਿੱਚੋਂ, ਹਰ ਇੱਕ ਹਥਿਆਰ ਨਾਸ਼ਾ। ਪ੍ਰਭੂ ਦਾ ਆਤਮਾ ਕਹਿ ਰਿਹਾ ਕਿ ਜਿਹੜੀਆਂ ਚੀਜ਼ਾਂ ਤੁਹਾਡੀਆਂ ਗੁੰਮ ਹੋਈਆਂ ਪ੍ਰਭੂ ਤੁਹਾਨੂੰ ਡਬਲ ਕਰਕੇ ਵਾਪਸ ਦੇਣ ਵਾਸਤੇ ਜਾ ਰਿਹਾ, ਚਾਹ ਦਾਦੇ ਪ੍ਰਭੂ ਜੀ ਕਰਕੇ ਮਿਲਣ ਵਾਸਤੇ ਜਾ ਰਹੀ ਆ, ਚਾਹ ਬੱਚੇ ਤੁਹਾਨੂੰ ਮਿਲਣ ਵਾਸਤੇ ਜਾ ਰਿਹਾ, ਚਾਹ ਤੁਹਾਡੇ ਜੇਵਰਿਆ ਤੁਹਾਨੂੰ ਮਿਲਣ ਵਾਸਤੇ ਜਾ ਰਿਹਾ। ਮੈਂ ਕਿਹਾ ਗਰੀਬੀ ਚੀਜ਼ਾਂ ਵਾਪਸ ਸਾਰੇ ਯਿਸੂ ਮਸੀਹ ਦੇ ਨਾਮ ਦੇ ਵਿੱਚ, ਤਨਾਵ ਦੇ ਛੱਤ ਪਾੜ ਦੇਣ ਵਾਲਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹੋਲੀ ਗੋਲ ਗੱਲ ਕਰੀ ਕਿੰਨੀਆਂ ਗੁੰਮ ਚੀਜ਼ਾਂ ਵਾਪਸ ਸਾਰੀਆਂ ਵਾਪਸ ਸਾਰੀਆਂ ਵਾਪਸ ਸਾਰੀਆਂ। ਪ੍ਰਭੂ ਜੀ ਕਹਿ ਰਹੇ ਕਿ ਤੁਹਾਡੀ ਤਰੱਕੀ ਕਰਨ ਵਾਸਤੇ ਜਾ ਰਹੀ ਆ, ਆਪਣੇ ਹੱਥ ਖੜੇ ਕਰੋ
ਵਿਰੋਧੀ ਸੁਣ ਕੇ ਸ਼ਰਮਿੰਦਾ ਰਿਹਾ। ਪ੍ਰਭੂ ਮੈਨੂੰ ਦੱਸ ਰਹੇ ਕਿ ਵਿਰੋਧੀ ਬਾਤ ਨੂੰ ਸੁਣ ਕੇ ਸ਼ਰਮਿੰਦਾ ਰਿਹਾ, ਸ਼ਰਮਿੰਦਾ ਹੋ ਰਿਹਾ। ਆਪਣੇ ਹੱਥ ਕਰਕੇ ਦਿਲ ਨੂੰ ਖੋਲ ਦੋ ਅੱਜ ਜੀਸਸ ਦੇ ਅੱਗੇ। ਆਪਣੀ ਬਲੇਸਿੰਗ ਰਿਲੀਜ਼ ਕਰੋ ਜੁਹਨਾ 14:14 ਦੇ ਵਿੱਚ। ਜਿਨ੍ਹਾਂ ਕੋਲ ਬੱਚੇ ਨਹੀਂ ਆ, ਬੱਚੇ ਮੰਗਣੇ ਸ਼ੁਰੂ ਕਰੋ। ਜਿਨ੍ਹਾਂ ਨੂੰ ਬੱਚੇ ਚਾਹਤ ਨਹੀਂ ਰਹਿੰਦਾ, ਬੱਚੇ ਮੰਗਣੇ ਸ਼ੁਰੂ ਕਰੋ। ਜਿਨ੍ਹਾਂ ਦੀ ਖਜਿਕ ਨਹੀਂ ਹੁੰਦੀ ਆ, ਮੰਗੋ। 53, 91, 121, 23 ਇਹ ਪ੍ਰਭੂ ਦੀ ਕਰਕੇ ਬਲੇਸਿੰਗ ਰਿਲੀਜ਼ ਕਰਨ ਵਾਲੇ ਵੀ ਅੱਜ ਦੇ ਲੋਕ ਸੁਣ ਰਹੇ। 126 ਪ੍ਰਭੂ ਦੀ ਕਰਕੇ ਤੁਹਾਨੂੰ ਗੁਲਾਮੀ ਤੋਂ ਆਜ਼ਾਦ ਕਰੇਗਾ। ਤੁਸੀਂ ਦੂਸਰੇ ਲੋਕਾਂ ਦੀ ਗੁਲਾਮੀ ਨਹੀਂ ਕਰੋਗੇ ਜਿਹੜੇ ਲੋਕ ਸੁਣ ਰਹੇ। ਪ੍ਰਭੂ ਕਰਕੇ ਮੈਂ ਤੁਹਾਡੇ ਘਰਾਂ ਨੂੰ ਬਦਲਣ ਵਾਸਤੇ ਜਾ ਰਿਹਾ। ਮੈਂ ਤੁਹਾਨੂੰ ਬਾਥਰੂਮ ਦੇ ਰੋਗ ਤੋਂ ਚੰਗਾ ਕਰਾਂਗੇ। 12:2 ਦੀ ਪ੍ਰੇਅਰ ਸ਼ੁਰੂ ਕਰੋ। ਪਵਿੱਤਰ ਆਤਮਾ ਦੱਸ ਰਹੇ ਜਿੰਨੇ ਮੰਡਲੀ ਦੇ ਵਿੱਚ ਜਿਹਨਾਂ ਨੂੰ ਬਾਥਰੂਮ ਦੇ ਰੋਗ ਨੇ, ਚਾਹੇ ਲਿਕੋਰੀਆ, ਚਾਹੇ ਕੋਈ ਵੀ ਪ੍ਰੋਬਲਮ, ਚਾਹੇ ਇਨਫੈਕਸ਼ਨ ਆ, ਪ੍ਰਭੂ ਕਰਕੇ ਮੈਂ ਨਾ ਮਾਚਾ ਕਰੋ। 12:2 ਹਫਤੇ ਵਿੱਚ 3 ਮਰਤ ਲਗਾਤਾਰ ਬਾਈਬਲ ਪ੍ਰਾਰਥਨਾ। ਪ੍ਰਭੂ ਕਰਕੇ ਜਿੱਥੇ ਖੜਦੇ ਹੋ ਗੁੱਡ ਨਿਊਜ਼ ਰਿਸੀਵ ਕਰੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਗੁੱਡ ਨਿਊਜ਼ ਰਿਸੀਵ ਕਰੋ, ਰਿਸੀਵ ਕਰੋ, ਪ੍ਰਭੂ ਕਰਕੇ ਰਿਸੀਵ ਕਰੋ। ਮੇਰੇ ਬੰਦੇ ਕੰਮ ਜਿਹੜੇ ਖੁੱਲ੍ਹ ਰਹੇ ਨੇ,
ਮੇਰੇ ਘਰ ਦੇ ਵਿੱਚ ਮੇਰਾ ਪਤੀ ਮੈਨੂੰ ਰੋਕਦਾ ਟੋਕਦਾ ਮੈਂ ਆਪਣੇ ਪਤੀ ਨੂੰ ਸਿਸਟਰ ਬਣਾ ਲਈ ਵਾਸਤੇ ਬਾਰੇ ਕਿ ਆਪਣੇ ਪਤੀ ਨੂੰ ਆਪਣੇ ਹੱਥ ਪ੍ਰਭੂ ਦੇ ਹੱਥ ਵਿੱਚ ਦੇ ਜਿੱਤਣਾ ਕਿਸੇ ਵੱਲ ਨੀ ਦੇਖਣਾ ਕੋਈ ਗਾਲਾਂ ਕਰਦਾ ਕੋਈ ਤੈਨੂੰ ਸ਼ਰਮਿੰਦਾ ਕਰਦਾ ਕੋਈ ਤੈਨੂੰ ਉੱਚਾ ਲਾਉਂਦਾ ਪ੍ਰਭੂ ਜੀ ਕਹਿ ਰਹੇ ਕਿ ਭੁੱਲ ਜਾਓ ਸਿਰਫ ਫਾਈਟ ਫਾਈਟ ਕਰਨੀ ਆ ਲੜਨਾ ਔਰ ਜਿੱਤਣਾ ਉਹੀ ਲੋਕ ਪ੍ਰਭੂ ਜੀ ਕਹਿ ਰਹੇ ਤੁਹਾਡੇ ਨਾਲ ਮਿਲ ਕੇ ਚਰਚ ਵਿੱਚ ਆਉਣਗੇ ਜਿਹਨੇ ਲੋਕ ਸੁਣਦੇ ਆ ਜੀਵਨ ਚਰਚ ਔਰ ਜੀਵਨ ਪ੍ਰਭੂ ਕਹਿ ਰਹੇ ਕਿ ਬਹੁਤ ਸਾਰੇ ਲੋਕ ਜਿਹੜੇ ਗੁੱਸਾ ਕਰਦੇ ਆ ਕਿ ਦਾਸ ਸਾਡੇ ਘਰ ਵਿੱਚ ਨਹੀਂ ਆਉਂਦੇ ਪ੍ਰਭੂ ਜੀ ਕਹਿ ਰਹੇ ਕਿ ਮੇਰਾ ਦਾਸ ਘਰ ਆਵੇ ਜਾਂ ਨਾ ਆਵੇ ਪਰ ਤੁਸੀਂ ਲਗਾਤਾਰ ਮੇਰੀ ਪ੍ਰੇਰ ਦੇ ਨੀਚੇ ਜਿਹਨੇ ਲੋਕ ਸੁਣਦੇ ਆ ਤੁਸੀਂ ਪ੍ਰਭੂ ਜੀ ਕਹਿ ਰਹੇ ਕਿ ਦੂਸਰੇ ਵਰਗੇ ਨਹੀਂ ਬਣਨਾ ਤੁਸੀਂ ਦੂਸਰੇ ਨੂੰ ਆਪਣੇ ਵਰਗੇ ਬਣਾ ਕੇ ਬਾਈਬਲ ਦੀ ਸਿੱਖਿਆ ਦੇ ਕੇ ਤਾੜਨਾ ਦੇ ਕੇ ਉਹਨਾਂ ਨੂੰ ਸਿੱਧ ਕਰਨਾ ਕਿ ਤੁਸੀਂ ਬਚਨ ਦੇ ਮੁਤਾਬਕ ਹੀ ਚੱਲਣਾ ਤੇ ਪ੍ਰਭੂ ਜੀ ਕਹਿ ਰਹੇ ਕਿ ਬਚਨਾਂ ਦੇ ਚੱਲਣ ਵਾਲੇ ਸੁਪਰ ਡੁਪਰ ਬਰਕਤ ਪਾਉਣਗੇ ਬਚਨਾਂ ਨੂੰ ਪੜ੍ਹਨ ਵਾਲੇ ਸੁਪਰ ਡੁਪਰ ਬਦਲਣਗੇ ਬਚਨਾਂ ਤੇ ਅਮਲ ਕਰਨ ਵਾਲੇ ਦੂਸਰੇ ਨੂੰ ਅਮਲ ਕਰਾਉਣਗੇ ਜਿਹੜੇ ਲੋਕ ਸੁਣਦੇ ਆ ਪ੍ਰਭੂ ਜੀ ਕਹਿ ਰਹੇ ਕਿ ਤਾਰੀ ਪੂੰਚੀ ਔਰ ਲੰਬੇ ਬੇਟਾ ਉਹ ਬਹੁਤ ਥੋੜੀ ਪ੍ਰੇਰ ਕਰਦੇ ਪਰ ਪ੍ਰਭੂ ਜੀ ਕਹਿ ਰਹੇ ਕਿ ਇਹ ਆਪਣੇ ਜੀਵਨ ਸਾਥੀ ਨੂੰ ਬਹੁਤ ਸਮਝਾਉਂਦਾ ਰਿਹਾ ਪ੍ਰੇਰ ਕਰ ਪਰ ਪ੍ਰਭੂ ਜੀ ਕਹਿ ਰਹੇ ਉਹਨੇ ਗੱਲ ਨਹੀਂ ਮੰਨੀ ਅੱਜ ਉਹ ਜਗ੍ਹਾ ਤੇ ਨਹੀਂ ਆ ਉਹਦੀ ਡੈਥ ਹੋ ਚੁੱਕੀ ਆ ਔਰ ਪ੍ਰਭੂ ਜੀ ਕਹਿ ਰਹੇ ਕਿ ਇਹ ਖੁਦਾ ਦਾ ਬੰਦਾ ਪਰਮੇਸ਼ਵਰ ਦੇ ਵਿਸ਼ਵਾਸ ਕਰਦਾ ਕਿਤੇ ਰੁਕਿਆ ਕਿ ਪ੍ਰਭੂ ਨੇ ਚਲਾਏ ਆ ਅੱਜ ਪ੍ਰਭੂ ਜੀ ਕਹਿ ਰਹੇ ਕਿ ਟੈਸਟੀਮਨੀ ਹੋ ਰਹੀ ਆ ਟੈਸਟੀਮਨੀ ਸੁਣਾਂਗੇ ਪਰ ਸਭ ਤੋਂ ਜ਼ਰੂਰੀ ਆ ਕਿ ਅੱਜ ਆਪਣੇ ਆਪ ਨੂੰ ਪਾਕ ਸਾਫ਼ ਔਰ ਸ਼ੁੱਧ ਕਰਨਾ ਕਿ ਮੈਂ ਪਿਤਾ ਤੇਰੇ ਤੇਰੇ ਲਹੂ ਔਰ ਮਾਸ ਵਿੱਚ ਮੈਂ ਸ਼ਾਮਲ ਹੋ ਸਕਾਂ ਕਿਸੇ ਨੇ ਲੜਨਾ ਨਹੀਂ ਕਿਸੇ ਨੇ ਈਰਖਾ ਨਹੀਂ ਕਰਨੀ ਕਿਸੇ ਨੇ ਇੱਧਰ ਉੱਧਰ ਕੋਈ ਗੱਲ ਨਹੀਂ ਕਰਨੀ ਔਰ ਪ੍ਰਭੂ ਜੀ ਕਰੇਗੇ ਜੇ ਤੁਸੀਂ ਇਹਨਾਂ ਗੱਲਾਂ ਨੂੰ ਫੋਲੋ ਕਰੋਗੇ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਫੈਸੀ ਕਰੋਗੇ ਜਿਹਨਾਂ ਨੂੰ ਸੁਣਦੇ ਆ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਲਿਸਨ ਕਰੋਗੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਰੂਹਾਂ ਨੂੰ ਬਚਾਓਗੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੀ ਪ੍ਰੋਫੈਸੀ ਕਰੋਗੇ ਪ੍ਰਭੂ ਜੀ ਕਰੇਗੇ ਮੇਰੇ ਦਾਸ ਨਾਲ ਮੇਰੇ ਤੇ ਤੁਸੀਂ ਸੁਪਰ ਡੁਪਰ ਉਹਨਾਂ ਕੰਮਾਂ ਨੂੰ ਦੇਖੋਗੇ ਜੋ ਤੁਸੀਂ ਸੋਚ ਨਹੀਂ ਸਕਦੇ ਪਰਮੇਸ਼ਵਰ ਦੇ ਮਨ ਨੂੰ ਪਾਉਂਦੀ ਆ ਪਰ ਮੇਰੇ ਜੀ ਸਾਥੀ ਜਿੰਨੇ ਵੀ ਮਲੰਗੀਅਰ ਜਿੰਨੀ ਕਲੀਸਿਆ ਜਿੰਨੀ ਕਵੈਰ ਆ ਸਭ ਪ੍ਰਭੂ ਜੀ ਕਹਿ ਕੇ ਇੱਕ ਮਨ ਇੱਕ ਤਨ ਇੱਕ ਜਾਨ ਹੋ ਕੇ ਪ੍ਰਭੂ ਦੇ ਅੱਗੇ ਪੁਕਾਰ ਲਾ ਕੇ ਪ੍ਰਭੂ ਸਾਡੀ ਮਿਨਿਸਟਰੀ ਵਿੱਚ ਜਿੰਨੀਆਂ ਵੀ ਐਰਾ ਗਹਿਰਾ ਸ਼ੈਤਾਨੀ ਰੂਹਾਂ ਜਿਹੜੀਆਂ ਸਾਨੂੰ ਡਿਸਟਰਬ ਕਰਦੀਆਂ ਵੱਖਰੇ ਵੱਖਰੇ ਤਰੀਕੇ ਨਾਲ ਉਹ ਨਸ਼ਟ ਹੋ ਜਾਣ ਆਪਣੇ ਘਰਾਂ 'ਚ ਵੀ ਪ੍ਰਭੂ ਜੀ ਕਰਕੇ ਇੱਕ ਘੰਟਾ ਪਰਮੇਸ਼ਵਰ ਦੇ ਦਾਸ ਲਈ ਘਰ ਲਈ ਬੱਚਿਆਂ ਲਈ ਚਰਚ ਲਈ ਔਰ ਉਹਨਾਂ ਭੈਣਾਂ ਭੈਣ ਜਿਹੜੇ ਲੋਕ ਕੋਰੋਨਾ ਤੋਂ ਦੁਬਾਰਾ ਫਿਰ ਦੂਸਰੀ ਪ੍ਰੋਬਲਮ 'ਚ ਆ ਰਹੇ ਆ ਮੇਰੇ ਜੀ ਸਾਥੀਓ ਇਹ ਵਿਚਾਰ ਨਹੀਂ ਆ ਇਹ ਸੱਚ ਆ ਕਿ ਪ੍ਰੋਬਲਮ ਸ਼ੁਰੂ ਹੋ ਰਹੀ ਆ ਔਰ ਪ੍ਰਭੂ ਜੀ ਕਹਿ ਰਹੇ ਕਿ ਤੁਸੀਂ ਆਉਣ ਵਾਲੇ ਸਮੇਂ ਨੂੰ ਨਹੀਂ ਦੱਸ ਸਕਦੇ ਔਰ ਪਰਮੇਸ਼ਵਰ ਜਾਣਦਾ ਕੀ ਹੋਏਗਾ
ਪਰ ਪ੍ਰਭੂ ਕਰਕੇ ਤਰੱਕੀ ਉਹ ਕਰ ਰਹੇ ਨੇ ਜਿਹੜੇ ਲੋਕ ਅੱਜ ਵੀ ਉਹਦੇ ਵਿੱਚ ਬਣੇ ਰਹਿਣਗੇ ਜਿਹੜੇ ਲੋਕ ਸੁਣਦੇ ਆ ਤੁਹਾਡੇ ਘਰ ਬਦਲ ਰਹੇ ਨੇ ਤੁਹਾਡੇ ਪੜੋਸੀ ਬਦਲ ਰਹੇ ਨੇ ਤੁਹਾਡੇ ਮਹੱਲੇ ਬਦਲ ਰਹੇ ਨੇ ਤੁਹਾਡੀ ਹਰ ਇੱਕ ਸਟੋਰੀ ਚੇਂਜ ਹੋ ਰਹੀ ਯਿਸੂ ਦੇ ਨਾਮ ਦੇ ਵਿੱਚ ਚੰਗੇ ਜਾਓ ਹਰ ਇੱਕ ਦੰਦ